Oh,
ਕਰਨ ਕੋ ਜਗਦੀ ਤਰ ਆਏ ਜਗ ਜੀਵਨ ਸਾਗਰ ਦੂਰ ਕੀਏ ਜਗ ਸਾਗਰ ਰਾਨੇ ਮਾਨ ਬਤਾਏ ਕਲ ਗੋਬਰ ਮੇ ਹਰ ਮਹਾਬਲੇ ਸਭੇ Oh,
ਤੇ ਜਦੋਂ ਮਨੁੱਖ ਦਾ ਕਾਰਜ ਸਫਲ ਹੁੰਦਾ ਵੇਖਿਆ ਤਾਂ ਫਿਰ ਮਨੁੱਖ ਦਾ ਜੀਵਨ ਵੀ ਉੱਥੇ ਸਫਲ ਹੁੰਦਾ ਵੇਖਿਆ। ਆਓ ਆਪਣੇ ਮਨੁੱਖੀ ਜੀਵਨ ਨੂੰ ਸਫਲ ਕਰਦੇ ਹੋਏ ਇਹਨਾਂ ਕਾਰਜਾਂ ਨੂੰ ਵੀ ਸਫਲ ਕਰੀਏ, ਆਪਣੇ ਮਨ ਹਿਰਦੇ ਵਿੱਚ ਵਸਾਈਏ। ਉਸ ਸਮੇਂ ਦੇ ਸਤਿਗੁਰ ਨੂੰ ਕੈਸਾ ਹੈ ਉਹ ਸਤਿਗੁਰ ਕਹਿੰਦੇ ਨੇ ਤੇਰਾ ਨਾਮ ਲਿਆ ਬੇੜਾ ਪਾਰ ਹੋਇਆ। ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਾਹਿਬਾਨ ਦੀ ਸੰਗਤ ਹਫ਼ਤਾ ਵਾਰੀ ਸਮਾਗਮ ਕਰਾਉਣ ਲਈ ਹੈ। ਸਾਧ ਸੰਗਤ ਜੁੜ ਕੇ ਇੱਥੇ ਭਜਨ ਬੰਦਗੀ ਕਰਨ ਲਈ ਹੈ, ਕਥਾ ਕੀਰਤਨ ਹੋਣ ਰਹੇ ਨੇ। ਗੁਰਸਿੱਖੀ ਸਮਾਜ ਦੇ ਵਿੱਚ ਸਭ ਤੋਂ ਵੱਡਾ ਇਹ ਕਰਮ ਦੱਸਿਆ ਗਿਆ, ਉੱਤਮ ਕਰਮ ਜਿਹਨੂੰ ਮੰਨਿਆ ਗਿਆ। ਇਹ ਕਿਸ ਤਰ੍ਹਾਂ ਹੋਇਆ? ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਾਡੇ ਵੱਡੇ ਭਾਗ ਨੇ ਜਿਹੜੇ ਇੱਥੇ ਜੁੜ ਕੇ ਅਸੀਂ ਸਤਿਗੁਰਾਂ ਦੇ ਹੁਕਮ ਅਨੁਸਾਰ ਇੱਥੇ ਹਾਜ਼ਰੀਆਂ ਦੇਣ ਰਹੇ ਹਾਂ। ਸੋ ਆਹ ਜਿਹੜਾ ਸਮਾਂ ਚੱਲ ਰਿਹਾ ਮਾਘ ਦੇ ਮਹੀਨੇ ਦਾ, ਇਸ ਮਾਘ ਦੇ ਮਹੀਨੇ ਵਿੱਚ ਇੱਕ ਬੜੀ ਮਹਾਨ ਤੇ ਉੱਚ ਇਲਾਹੀ ਜੋਤ ਇਸ ਸੰਸਾਰ ਦੇ ਵਿੱਚ ਆਈ ਹੈ, ਜਿਹਨੇ ਆਣ ਕੇ ਇਸ ਸੰਸਾਰ ਦੀ ਕਾਇਆ ਕਲਪ ਕਰ ਦਿੱਤੀ ਹੈ, ਮਨੁੱਖ ਦਾ ਜੀਵਨ ਪਲਟ ਕੇ ਰੱਖ ਦਿੱਤਾ ਹੈ। ਮਾਨਤਾ ਦੇ ਭਲੇ ਲਈ, ਗਉ ਗਰੀਬ ਦੇ ਕਸ਼ਟ ਨੂੰ ਦੂਰ ਕਰਨ ਵਾਸਤੇ ਇਹ ਮਹਾਨ ਜੋਤ ਇਸ ਸੰਸਾਰ ਵਿੱਚ ਆਈ, ਜਿਸ ਨੂੰ ਅਸੀਂ ਸਤਿਗੁਰੂ ਰਾਮ ਸਿੰਘ ਦੇ ਨਾਮ ਤੇ ਜਾਣਦੇ ਹਾਂ। ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਬਾਬਤ ਕਵੀ ਨੇ ਲਿਖਿਆ ਬਈ ਇਹਨਾਂ ਦਾ ਨਾਮ ਹੀ ਏਡਾ ਉੱਚਾ ਹੈ, ਨਾਮ ਲੈਂਦਿਆਂ ਰਸਨਾ ਪਵਿੱਤਰ ਹੋ ਜਾਂਦੀ ਹੈ, ਹਿਰਦਾ ਸ਼ੁੱਧ ਹੋ ਜਾਂਦਾ ਹੈ। ਜਮਾਂ ਦੀ ਜਿਹੜੀ ਮਾਰ ਹੈ ਜਿਹਦੇ ਤੋਂ ਸੰਸਾਰ ਭੱਜਿਆ ਫਿਰਦਾ ਹੈ, ਜੇ ਇਹਨਾਂ ਦਾ ਨਾਮ ਲੈ ਲਈਏ ਤੇ ਉਹ ਜਮਾਂ ਦੀ ਮਾਰ ਤੋਂ ਬਚ ਜਾਂਦਾ ਹੈ। ਕਿੱਡੀ ਮਹਾਨ ਇਲਾਹੀ ਜੋਤ ਵੇਖੋ ਸੰਸਾਰ ਵਿੱਚ ਆਈ। ਹੁਣ ਇੱਥੇ ਧਿਆਨ ਦੇਣ ਵਾਲੀ ਗੱਲ ਹੈ, ਇਹ ਸਾਡੇ ਗੁਰੂ ਪੀਰ ਜਿਹੜੇ ਨੇ ਇਹਨਾਂ ਮਾਤ ਲੋਕ ਵਿੱਚ ਸੰਸਾਰ ਵਿੱਚ ਕਿਉਂ ਆਉਂਦੇ ਨੇ, ਕਾਹਦੇ ਵਾਸਤੇ ਆਉਂਦੇ ਨੇ, ਕੀ ਕਰਨ ਆਉਂਦੇ ਨੇ? ਕਹਿੰਦੇ ਨੇ ਜਦੋਂ ਅਪਾਰ ਪਾਪੀ ਅਪਰਾਧੀ ਜ਼ਾਲਮ ਜਰਮਾਨੇ ਜਿਹੜੇ ਆਪਣੀਆਂ ਮਨ ਮਰਜ਼ੀਆਂ ਕਰਨ ਲੱਗ ਪੈਂਦੇ ਨੇ ਤੇ ਵੱਡੇ ਛੋਟੇ ਹਾਕਮ ਜਿਹੜੇ ਨੇ ਪ੍ਰਜਾ ਨੂੰ ਸਤਾਉਂਦੇ ਨੇ, ਗਰੀਬ ਨੂੰ ਸਤਾਇਆ ਜਾਂਦਾ ਹੈ, ਧਰਮ ਨੂੰ ਦਬਾਇਆ ਜਾਂਦਾ ਹੈ ਤੇ ਅਧਰਮ ਦਾ ਪ੍ਰਚਾਰ ਕੀਤਾ ਜਾਂਦਾ ਹੈ, ਇਹਨਾਂ ਸਮਿਆਂ ਦੇ ਵਿੱਚ ਉਹ ਫਿਰ ਜਿਹੜਾ ਜਗਤ ਕਰਦਾ ਹੈ ਉਹ ਫਿਰ ਨਿਰਾਕਾਰ ਤੋਂ ਸਾਕਾਰ ਨੂੰ ਬਣ ਕੇ ਤੇ ਫਿਰ ਇਹ ਸੰਸਾਰ ਦੇ ਵਿੱਚ ਆਉਂਦਾ ਹੈ। ਆ ਕੇ ਤੇ ਫਿਰ ਕੀ ਕਰਦਾ? ਉਹ ਮਾਨਤਾ ਦਾ ਭਲਾ ਕਰਦਾ। ਕਹਿੰਦੇ ਨੇ ਕਦੋਂ ਕਦੋਂ ਇਸ ਤਰ੍ਹਾਂ ਦਾ ਸਮਾਂ ਬਣਿਆ ਜਦੋਂ ਸਤਿਗੁਰ ਨੂੰ ਇਹ ਸੰਸਾਰ ਚ ਆਉਣਾ ਪਿਆ
ਵਾਲੇ ਉੱਕਾ ਲੋਕ ਭੁੱਲ ਗਏ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਸਿੱਖੀ ਸਜਾਈ ਸੀ ਨਾ ਪੰਜ ਕਕਾਰਾਂ ਵਾਲੇ ਮਰਿਆਦਾ ਵਾਲੇ, ਉਹ ਸਭ ਸੂਰਤ ਮੂਰਤ ਸਤਿਗੁਰੂ ਗੋਬਿੰਦ ਸਿੰਘ ਦੇ ਜਾਣ ਤੋਂ ਬਾਅਦ ਜਿਹੜੀ ਉਹ ਬੜੀ ਗਿਰਾਵਟ ਆ ਗਈ ਉਹ ਸਿੱਖੀ ਦੇ ਵਿੱਚ। ਸਿੱਖ ਪਤਿਤ ਹੋ ਗਏ ਤਾਂ ਫਿਰ ਤਾਂ ਹੀ ਕਵੀ ਨੇ ਆਖਿਆ ਵੀ ਜਦੋਂ ਪਾਪੀਆਂ ਅਪਰਾਧੀਆਂ ਦੇ ਰੱਸੇ ਖੁੱਲ ਗਏ ਨੇ ਸਿੱਖੀ ਦਸ਼ਮੇਸ਼ ਵਾਲੀ ਉਦੋਂ ਲੋਕੀ ਭੁੱਲ ਗਏ। ਐਸਾ ਦਾ ਸਮਾਂ ਉਹਨਾਂ ਸਮਿਆਂ ਵਿੱਚ ਜਿਹੜੇ ਹੋਰ ਵੀ ਇੱਕ ਇਤਿਹਾਸਕਾਰ ਹੋਏ ਨੇ ਸੰਤ ਕਾਲਾ ਸਿੰਘ ਜੀ, ਉਹ ਵੀ ਇਸੇ ਤਰ੍ਹਾਂ ਦਾ ਇਤਿਹਾਸ ਲਿਖਦੇ ਨੇ ਵੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਿਉਂ ਆਉਣਾ ਪਿਆ, ਕਾਹਦੇ ਵਾਸਤੇ ਆਉਣਾ ਪਿਆ ਤੇ ਆਣ ਕੇ ਕੀ ਕੀਤਾ ਫਿਰ ਉਹਨਾਂ ਨੇ। ਕਹਿੰਦੇ ਨੇ ਗੁਰੂ ਦਸ਼ਮੇਸ਼ ਪਿੱਛੋਂ ਰਾਜ ਪਾਇਆ ਖਾਸ ਨੇ, ਰਾਜ ਤਾਂ ਛੱਡ ਤੇ ਕੁਰਾਹਰਾ ਚੱਲਿਆ, ਬੁਰਸ਼ਿਆਂ ਨੇ ਸਿੱਖ ਦਰਬਾਰ ਸੀ ਨਿਰਾਣ ਕੀਤਾ, ਗਰੀਬਾਂ ਤੇ ਨਰੀਬਾਂ ਨੂੰ ਗਰੀਬਾਂ ਥੱਲਿਆ, ਨਿਰਗੁਣਾਂ ਨੇ ਦੋਸ਼ਾਂ ਤੇ ਗਰੀਬਾਂ ਨੂੰ ਦਬਲਿਆ, ਦੂਈ ਤੇ ਦੁਬੈਤ ਵਾਲਾ ਵੈਰ ਮਸ਼ਹੂਰ ਤੁਰਾ, ਅਵਤਾਰ ਕਰਤਾਇਆ ਤਖਤਾ ਉਥਲਿਆ, ਕਾਲ ਸਿੰਘ ਦੇਸ਼ ਵਿੱਚ ਸਤ ਜੁਗ ਲਾਉਣ ਲਈ ਗੁਰੂ ਰਾਮ ਸਿੰਘ ਨਿਜ ਰੂਪ ਆਣ ਕਲਿਆ। ਬੜੇ ਬੜੇ ਇਤਿਹਾਸਕਾਰ ਉਹਨਾਂ ਸਮਿਆਂ ਚ ਹੋਏ ਨੇ ਸਤਿਗੁਰੂ ਰਾਮ ਸਿੰਘ ਦੇ ਵੇਲੇ, ਉਹਨਾਂ ਨੇ ਫਿਰ ਬਹੁਤ ਬਹੁਤ ਵੱਡੇ ਇਤਿਹਾਸ ਲਿਖੇ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ। ਸੋ ਵੈਸੇ ਸਮਿਆਂ ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਸੰਸਾਰ ਦੇ ਵਿੱਚ ਆਏ 3 ਫਰਵਰੀ 1816 ਈਸਵੀ ਦਿਨ, ਵੀਰਵਾਰ ਵਾਲੇ ਦਿਨ ਬਾਬਾ ਜੱਸਾ ਸਿੰਘ ਦੇ ਗ੍ਰਹਿ ਵਿਖੇ ਤੇ ਮਾਤਾ ਸਦਾ ਕੌਰ ਦੇ ਗੋਦ ਵਿੱਚ ਆਣ ਕੇ ਇਹਨਾਂ ਨੇ ਫਿਰ ਭਾਗ ਲਾਇਆ ਜ਼ਿਲ੍ਹਾ ਲੁਧਿਆਣਾ ਪਿੰਡ ਭੈਣੀ। ਜਦੋਂ ਇਹ ਫਿਰ ਭਾਗ ਲਾਇਆ ਆਣ ਕੇ ਤੇ ਫਿਰ ਸਾਰੇ ਪਾਸੇ ਖੁਸ਼ੀਆਂ ਦੀ ਲਹਿਰ ਆ ਗਈ ਹੈ। ਜਿੱਥੇ ਜਿੱਥੇ ਵੀ ਨਾਮਧਾਰੀ ਵਸਦੇ ਸਨ ਜਦੋਂ ਪਤਾ ਲੱਗਾ ਬੜੇ ਆਨੰਦ ਚਿੱਤ ਹੋਏ ਨੇ ਆਣ ਕੇ, ਦਰਸ਼ਨਾਂ ਨੂੰ ਭੱਜੇ ਨੇ ਫਿਰ ਸ੍ਰੀ ਭੈਣੀ ਸਾਹਿਬ ਵਾਸਤੇ। ਸਤਿਗੁਰ ਦਾ ਹੁਣ ਦਰਸ਼ਨ ਦੇਖੋ ਕਿਸ ਤਰ੍ਹਾਂ ਦਾ ਦੱਸਿਆ ਗਿਆ। ਕਹਿੰਦੇ ਨੇ ਮੁੱਖ ਬੜਾ ਆਪ ਜੈਸੇ ਸੁੰਦਰ ਗੁਲਾਬ ਹੈ, ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਜਿਹਨੂੰ ਇੱਕ ਵਾਰੀ ਦਰਸ਼ਨ ਜਿਹੜਾ ਕਰਦਾ ਸੀ ਤਾਂ ਫਿਰ ਉੱਥੇ ਜੋਗਾ ਹੀ ਰਹਿ ਜਾਂਦਾ ਸੀ। ਤੋ ਉਹਨਾਂ ਦਰਸ਼ਨਾਂ ਦੀ ਸਿਫਤ ਵਾਸਤੇ ਇੱਕ ਕਵੀ ਲਿਖਦਾ ਹੈ, ਮੁੱਖ ਬੜਾ ਆਪ ਜੈਸੇ ਸੁੰਦਰ ਗੁਲਾਬ ਹੈ, ਜਿਹੜਾ ਨੈਣੀ ਵੇਖੇ ਇੱਕ ਵਾਰ ਹੀ ਨਿਹਾਲ ਹੈ। ਸੋ ਐਸਾ ਦਰਸ਼ਨ ਹੀ ਉਸ ਮੋਰੀ ਅਵਤਾਰ ਦਾ ਜਿਨ੍ਹਾਂ ਨੇ ਕੀਤਾ ਸਾਡੇ ਬੜੇ ਮੰਤਰ ਮੁਗਧ ਹੋਏ ਨੇ ਉਹਨਾਂ ਸਮਿਆਂ ਦੇ ਵਿੱਚ। ਸੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਸੰਸਾਰ ਦੇ ਵਿੱਚ ਆਏ, ਕਹਿੰਦੇ ਨੇ ਰਾਈਆਂ ਦੇ ਟਿੱਬਿਆਂ ਚੋਂ ਇੱਕ ਪੜ੍ਹ ਗਏ
ਚੜਿਆ ਫਿਰ ਸੰਸਾਰ ਵਿੱਚ ਆਣ ਕੇ ਉਹਨੇ ਰੋਸ਼ਨੀ ਵਿਖਾਈ ਹੈ। ਹੁਣ ਬਚਪਨ ਤੇ ਗੱਲ ਕਰੀਏ, ਇੱਕ ਨਵੇਕਲਾ ਬਚਪਨ ਵੇਖਣ ਚ ਆਇਆ ਇਹਨਾਂ ਦਾ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ। 5 ਸਾਲਾਂ ਦੇ ਜਦੋਂ ਹੋਏਗਾ ਤੇ ਆਪਣੇ ਸਾਥੀਆਂ ਨਾਲ ਜਦੋਂ ਬਾਹਰ ਜਾਣਾ ਇਹਨਾਂ ਨੇ, ਤੇ ਜਾ ਕੇ ਉੱਥੇ ਕੋਈ ਬੈਟ ਬਾਲ ਜਾਂ ਗੁੱਲੀ ਡੰਡਾ ਨਹੀਂ ਸਭ ਖੇਡਦੇ ਹੁੰਦੇ, ਉੱਥੇ ਜਾ ਕੇ ਸੇਬਿਆਂ ਦੀਆਂ ਰੱਸੀਆਂ ਲੱਭਣੀਆਂ ਇਹਨਾਂ ਨੇ, ਉਹਨਾਂ ਰੱਸੀਆਂ ਨੂੰ ਗੱਡਾ ਮਾਰ ਮਾਰ ਕੇ ਤਾਂ ਫਿਰ ਮਾਲਾ ਬਣਾ ਕੇ ਭਜਨ ਕਰਿਆ ਕਰਦੇ ਸਨ। ਆਪ ਭਜਨ ਕਰਨਾ ਤੇ ਨਾਲ ਆਪਣੇ ਸਾਥੀਆਂ ਨੂੰ ਵੀ ਕਰਾਉਣਾ। ਫਿਰ ਕਦੇ ਕਦੇ ਐਸਾ ਵੀ ਸਮਾਂ ਵੇਖਣ ਚ ਆਇਆ ਵੀ ਰੰਬਾ ਨਾਲ ਲੈ ਜਾਂਦੇ ਸਨ, ਆਪਣੇ ਸਾਥੀਆਂ ਦੇ ਨਾਲ ਚਲੇ ਜਾਣਾ ਖੇਤਾਂ ਦੇ ਵਿੱਚ, ਤੇ ਉੱਥੇ ਜਾ ਕੇ ਫਿਰ ਕੋਈ ਪੱਥਰ ਲੈ ਕੇ ਤੇ ਉਸ ਰੰਬੇ ਤੇ ਮਾਰ ਕੇ ਤੇ ਫਿਰ ਜੋਸ਼ੀਆਂ ਦੇ ਸ਼ਬਦ ਪੜਿਆ ਕਰਦੇ ਸਨ। ਇਸ ਤਰ੍ਹਾਂ ਦਾ ਬਚਪਨ ਇਹਨਾਂ ਦਾ ਵੇਖਣ ਚ ਆਇਆ। ਜਦੋਂ ਇਹਨਾਂ ਨੇ ਬਚਪਨ ਚ ਇਹ ਕੋਤਕ ਵਿਖਾਏ ਨੇ, ਆਉਣ ਵਾਲੇ ਸਮੇਂ 'ਚ ਫਿਰ ਇਹ ਮਰਿਆਦਾ ਦੇ ਰੂਪ ਵਿੱਚ ਆਣ ਕੇ ਵਜੂਦ ਵਿੱਚ ਆਈਆਂ ਨੇ, ਉਹ ਮਾਲਾ ਫਿਰ ਉਹਨਾਂ ਦੇ ਰੂਪ ਵਿੱਚ ਆਈ ਏ, ਤੇ ਜੋਟੀਆਂ ਦੇ ਸ਼ਬਦ ਜਿਹੜੇ ਹੱਲੇ ਦੇ ਰੂਪ ਵਿੱਚ ਨਾਮਧਾਰੀਆਂ 'ਚ ਅੱਜ ਤੱਕ ਪ੍ਰਚਲਿਤ ਨੇ। ਕਹਿਣ ਦਾ ਭਾਵ ਬਚਪਨ ਤੋਂ ਹੀ ਇਹਨਾਂ ਨੇ ਨਵੀਆਂ ਤੋਂ ਨਵੀਆਂ ਮਰਿਆਦਾ ਜਿਹੜੀਆਂ ਬਣਾ ਦਿੱਤੀਆਂ ਸਨ ਆਣ ਕੇ ਸੰਸਾਰ ਵਿੱਚ। ਬੜਾ ਨਿਵੇਕਲਾ ਜਿਹਾ ਇਹਨਾਂ ਦਾ ਬਚਪਨ ਜਿਹੜਾ ਵੇਖਣ ਨੂੰ ਆਇਆ, ਕੋਈ ਆਮ ਇਹਨਾਂ ਦੇ ਨਾਲ ਸਧਾਰਨ ਨਹੀਂ ਸੀ ਹੈਗਾ। ਸੰਤ ਸੰਤੋਖ ਸਿੰਘ ਬਾਹੋਵਾਲ ਜਿਹੜੇ ਹੋਏ ਨੇ, ਉਹਨਾਂ ਸਤਿਗੁਰ ਬਲਾਸ ਦੇ ਵਿੱਚ ਵੀ ਇਹਨਾਂ ਦੇ ਬਚਪਨ ਦਾ ਜ਼ਿਕਰ ਕੀਤਾ ਹੈ। ਕਹਿੰਦੇ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੇ ਸਤਿਗੁਰੂ ਰਾਮ ਸਿੰਘ ਦਾ ਜਿਹੜਾ ਜੀਵਨ ਹੈ ਉਹ ਬੜਾ ਸਮਾਨਾਂਤਰ ਵੇਖਿਆ ਗਿਆ, 19ਵੀਂ ਦੇ ਫਰਕ 'ਚ ਸਾਹਮਣੇ ਆਇਆ ਹੈ, ਇੱਕੋ ਜਿਹਾ ਹੀ ਇਹਨਾਂ ਦਾ ਜਿਹੜਾ ਬਚਪਨ ਹੈ। ਨਾਲ ਉਹਨਾਂ ਨੇ ਪ੍ਰਮਾਣ ਦਿੱਤਾ ਹੈ, ਕਹਿੰਦੇ ਨੇ ਕਿ ਜਿਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪੜ੍ਹਨ ਵਾਸਤੇ ਜਦੋਂ ਭੇਜਿਆ ਪਿਤਾ ਕਾਲੂ ਨੇ, ਤੇ ਫਿਰ ਉੱਥੇ ਪਾਂਧੇ ਨੂੰ ਪੜ੍ਹਾ ਕੇ ਆ ਗਏ ਸਨ, ਮੌਲਵੀ ਨੂੰ ਪੜ੍ਹਾ ਕੇ ਆ ਗਏ ਸਨ। ਸਤਿਗੁਰੂ ਨਾਨਕ ਦੇਵ ਨੂੰ ਕੌਣ ਪੜ੍ਹਾ ਸਕਦਾ ਸੀ, ਉਹ ਤੇ ਆਪ ਪੜ੍ਹੇ ਹੋਏ ਆਏ ਸਨ, ਉਹਨਾਂ 'ਚ ਸੰਸਾਰ ਨੂੰ ਆਣ ਕੇ ਪੜ੍ਹਾਉਣਾ ਸੀ। ਇਸੇ ਤਰ੍ਹਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਬਚਪਨ ਤੋਂ ਥੋੜ੍ਹਾ ਜਿਹਾ ਉੱਠੇ ਨੇ ਪੜ੍ਹਨ ਵਾਸਤੇ ਤਿਆਰ ਹੋਏ ਨੇ, ਤਾਂ ਬਾਬਾ ਜੱਸਾ ਸਿੰਘ ਜੀ ਨੇ ਵੀ ਫਿਰ ਇਹੋ ਹੀ ਸੋਚ ਬਣਾਈ ਹੈ ਬਈ ਹੁਣ ਇਹਨਾਂ ਨੂੰ ਪੜ੍ਹਾਈ ਵੱਲ ਪਾਸੇ ਲਾਇਆ ਜਾਵੇ। ਫਿਰ ਇੱਕ ਦਿਨ ਉਹਨਾਂ ਨੇ ਗੱਲ ਕੀਤੀ ਇਹਨਾਂ ਨੂੰ ਪੜ੍ਹਾਉਣ ਵਾਸਤੇ, ਤਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ 35 ਅੱਖਰ ਫਿਰ ਇਹਨਾਂ ਨੂੰ ਸੁਣਾਏ ਉਹਨਾਂ ਸਮਿਆਂ ਦੇ ਵਿੱਚ। ਇਹ ਸੰਤ ਸੰਤੋਖ ਸਿੰਘ ਬਾਹੋਵਾਲ ਸਤਿਗੁਰ ਬਿਲਾਸ ਜਿਹੜਾ ਉਹਨਾਂ ਨੇ ਲਿਖਿਆ ਬੜਾ ਵੱਡਾ ਗ੍ਰੰਥ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਬਾਰੇ, ਉਹਦੇ 'ਚ ਇਹਨਾਂ ਨੇ ਜ਼ਿਕਰ ਕੀਤਾ ਇਸ ਗੱਲ ਦਾ ਬਈ ਦੋਨੋਂ ਗੁਰੂਆਂ ਦੇ ਜਿਹੜੇ ਬਚਪਨ ਨੇ ਉਹ ਸਮਾਨਾਂਤਰ ਹੋਏ ਨੇ, ਕੋਈ ਫਰਕ ਨਹੀਂ ਰਿਹਾ ਇਹਨਾਂ ਦੇ ਵਿੱਚ। ਸੋ ਬਚਪਨ ਬੜਾ ਅਲੌਕਿਕ ਰਿਹਾ, ਚਮਤਕਾਰੀ ਰਿਹਾ ਇਹਨਾਂ ਦਾ। 7 ਸਾਲਾਂ ਦੇ ਹੋਏ ਨੇ, 5 ਸਾਲਾਂ 'ਚ ਇਹਨਾਂ ਦੀ ਮੰਗਣੀ ਕਰ ਦਿੱਤੀ ਗਈ ਹੈ। ਆ ਲੁਧਿਆਣੇ ਦੇ ਕੋਲ, ਭੈਣੀ ਸਾਹਿਬ ਦੇ ਕੋਲ, ਸਾਹਨੇਵਾਲ ਜਿਹੜਾ ਪਿੰਡ ਹੈ, ਇੱਥੇ ਧਨੌਰ ਪਿੰਡ ਸੀ, ਉੱਥੋਂ ਦਾ ਇੱਕ ਸਾਹਿਬ ਸਿੰਘ ਸੀ, ਉਹਨਾਂ ਦੀ ਪੁੱਤਰੀ ਸੀ ਬੀਬੀ ਜੱਸਾ, ਉਹਨਾਂ ਦੇ ਨਾਲ ਇਹਨਾਂ ਦੀ ਮੰਗਣੀ ਕੀਤੀ ਗਈ ਹੈ। 7 ਸਾਲ ਤੱਕ ਇਹਨਾਂ ਦੀ ਫਿਰ ਵੇਦ ਰੀਤੀਆਂ ਨਾਲ ਸ਼ਾਦੀ ਕੀਤੀ ਗਈ ਹੈ, ਅਤੇ 9 ਸਾਲ ਤੱਕ ਇਸ ਤਰ੍ਹਾਂ ਦੇ ਜਵਾਨ ਗੱਭਰੂ ਤਿਆਰ ਹੋ ਗਏ ਸਨ, ਪੂਰੇ ਮਿਸਤਰੀ ਬਣ ਗਏ ਸਨ। ਆਪਣੇ ਪਿਤਾ ਜੱਸਾ ਸਿੰਘ ਜੀ ਨਾਲ ਇਹ ਪੂਰਾ ਅੱਡੇ ਦੇ ਕੰਮ ਕਰਾਇਆ ਕਰਦੇ ਸਨ, ਮਿਸਤਰੀ ਦੇ ਨਾਲ ਜਿਵੇਂ ਕਰਾਉਂਦੇ। ਸੋ ਬਚਪਨ 'ਚ ਜਿਹੜਾ ਇਹਨਾਂ ਨੇ ਕਾਰਨਾਮੇ ਕੀਤੇ ਨੇ ਉਹ ਇੱਕ ਬੜੇ ਵੱਖਰੇ ਰਹੇ ਨੇ ਆਮ ਸਧਾਰਨ ਮਨੁੱਖਿਆ ਤੋਂ। ਫਿਰ ਅੱਗੇ ਜਿਉਂ ਜਿਉਂ ਜਵਾਨ ਹੋਏ ਨੇ, 20-21 ਸਾਲ ਦੇ ਜਦੋਂ ਹੋਏ ਤੇ ਫਿਰ ਘਰ ਵਾਲਿਆਂ ਨੂੰ ਫਿਕਰ ਪੈ ਗਿਆ ਵੀ ਹੁਣ ਬੱਚਾ ਜਵਾਨ ਹੋਇਆ ਤੇ ਕੁਛ ਕੀਤਾ ਜਾਵੇ, ਕੁਛ ਕਰਾਇਆ ਜਾਵੇ ਇਹਦੇ ਤੋਂ। ਭਾਵ ਇਹਨਾਂ ਦੇ ਜਿਹੜੇ ਪਣਵਈਆ ਸਨ
ਕਾਬਲ ਸਿੰਘ ਜਿਹੜੇ ਉਹ ਲਾਹੌਰ ਦਰਬਾਰ ਦੇ ਵਿੱਚ ਤੋਪਚੀ ਲੱਗੇ ਸਨ। ਉਹਨਾਂ ਦੀ ਸਿਫਾਰਿਸ਼ ਨਾਲ ਫਿਰ ਇਹਨਾਂ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਉੱਥੇ ਫਿਰ ਕਬਰ ਨਾਉਣ ਵਾਲ ਪਲਟਨ ਜਿਹੜੀ ਉਹਦੇ ਵਿੱਚ ਇਹਨਾਂ ਨੂੰ ਭਰਤੀ ਕਰਾਇਆ। ਇਹ 1837 ਈਸਵੀ ਦੀ ਗੱਲ ਹੈ ਜਦੋਂ ਸੱਚੇ ਪਾਤਸ਼ਾਹ ਇਸ ਪਲਟਨ ਦੇ ਵਿੱਚ ਉੱਥੇ ਭਰਤੀ ਹੋਏ। ਲਗਭਗ 8-9 ਸਾਲ ਇਹਨਾਂ ਨੇ ਫਿਰ ਉਸ ਮਿਲਟਰੀ ਦੀ ਜਾਂ ਉੱਥੇ ਕਬਰ ਨਾਉਣ ਵਾਲ ਸਿੰਘ ਜਿਹੜੀ ਹੈ ਪਲਟਨ ਉਹਦੇ 'ਚ ਸਰਵਿਸ ਕੀਤੀ ਹੈ। ਬਚਪਨ ਇਹੋ ਜਿਹਾ ਕਿ ਮਾਂ ਨੇ ਸ਼ੁਰੂ ਤੋਂ ਕੰਨ ਦੇ ਵਿੱਚ ਇਹਨਾਂ ਨੇ ਫੂਕ ਐਸੀ ਮਾਰੀ ਸੀ ਧਰਮ ਦੀ, ਭਗਤੀ ਦੇ ਨਾਲ ਰਸੇ ਹੋਏ ਸਨ ਪੂਰਾ ਇਹ ਸ਼ੁਰੂ ਤੋਂ ਬਚਪਨ 'ਚ। ਮੈਂ ਅੱਗੇ ਵੀ ਜ਼ਿਕਰ ਕੀਤਾ ਕਿ ਖੇਤਾਂ ਵਿੱਚ ਜਾਇਆ ਕਰਦੇ ਸਨ ਅਤੇ ਕੀ ਕਰਿਆ ਕਰਦੇ ਸਨ। ਬਚਪਨ 'ਚ ਹੀ ਇਸੇ ਤਰ੍ਹਾਂ ਦਾ ਸੁਭਾਅ ਸੀ ਅਤੇ ਫਿਰ ਉਹ ਸੁਭਾਅ ਜਿਹੜਾ ਜਿਵੇਂ ਕੱਚੇ ਘੜੇ 'ਤੇ ਲੀਕਾਂ ਪੈ ਜਾਂਦੀਆਂ ਨੇ, ਟੁੱਟ ਨਹੀਂ ਸਕਦਾ, ਕੜਾ ਟੁੱਟ ਜਾਂਦਾ ਪਰ ਉਹ ਲੀਕਾਂ ਨਹੀਂ ਮਿਟ ਜਾਂਦੀਆਂ। ਇਸੇ ਤਰ੍ਹਾਂ ਹੀ ਹੋਇਆ, ਪਲਟਨ ਦੇ ਵਿੱਚ ਭਰਤੀ ਹੋ ਗਏ ਨੇ ਪਰ ਸੁਭਾਅ ਨਹੀਂ ਹੋ ਗਿਆ ਉੱਥੇ ਜਾ ਕੇ ਵੀ ਭਗਤੀ ਦੇ ਵਿੱਚ ਇਸ ਤਰ੍ਹਾਂ ਲੀਨ ਰਹੇ ਨੇ। ਆਪਣੇ ਨਾਲ ਦੇ ਸਾਥੀਆਂ ਨੂੰ ਵੀ ਉੱਥੇ ਭਗਤ ਬਣਾ ਕੇ ਰੱਖ ਦਿੱਤਾ, ਉਹਨਾਂ ਨੂੰ ਭਗਤ ਬਣਾਇਆ। ਫਿਰ ਜਿਹੜੀ ਪਲਟਨ ਦਾ ਨਾਂ ਹੀ ਭਗਤਾਂ ਦੀ ਪਲਟਨ ਪੈ ਗਿਆ। ਉੱਥੇ ਮਸਤਾਨਿਆਂ ਕਰਕੇ ਇਹਨਾਂ ਨੂੰ ਬੁਲਾਇਆ ਕਰਦੇ ਸਨ ਕਿਉਂਕਿ ਉਹਨਾਂ ਸਮਿਆਂ ਵਿੱਚ ਵੀ ਇਹਨਾਂ ਨੇ ਬੜੇ ਕੌਤਕ ਕੀਤੇ ਨੇ। ਸੂਬਾ ਕਾਹਨ ਸਿੰਘ ਜਿਹੜਾ ਹੋਇਆ ਪਲਟਨ ਦੇ ਵਿੱਚ, ਸਤਿਗੁਰਾਂ ਬੜੀ ਕਿਰਪਾ ਕੀਤੀ ਹੈ ਉਹਨਾਂ 'ਤੇ। ਸੋ ਕਹਿਣ ਦਾ ਭਾਵ ਜਿੱਥੇ ਵੀ ਗਏ ਨੇ ਨਾਮ ਦੇ ਨਾਲ ਆਪ ਵੀ ਜੁੜੇ ਨੇ ਅਤੇ ਸਾਰਿਆਂ ਨੂੰ ਜੋੜਿਆ। ਇੱਕ ਸਮਾਂ ਫਿਰ ਐਸਾ ਬਣਿਆ ਪਲਟਨ ਦੇ ਨਾਲ ਇਹਨਾਂ ਨੂੰ ਫਿਰ ਹਸਰੋਂ ਜਾਣਾ ਪਿਆ। ਉੱਥੇ ਜਾ ਕੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਨੇ ਦਰਸ਼ਨ ਕੀਤੇ ਕਿਉਂਕਿ ਬੜੀ ਸਿਫਤ ਸੁਣੀ ਸੀ ਇਹਨਾਂ ਨੇ ਪਲਟਨ ਦੇ ਵਿੱਚ ਰਹਿ ਕੇ। ਭਾਈ ਜਗਮੀਤ ਸਿੰਘ ਜਿਹੜੇ ਗਿੱਲਾਂ ਵਾਲੇ ਇਹ ਪਹਿਲਾਂ ਹੀ ਦਰਸ਼ਨ ਕਰ ਆਏ ਸਨ ਇਹਨਾਂ ਦਾ ਜਾ ਕੇ, ਤਾਂ ਆਣ ਕੇ ਪਲਟਨ 'ਚ ਬੜੀ ਸਿਫਤ ਕਰਿਆ ਕਰਦੇ ਸਨ। ਸੋ ਸਿਫਤ ਕਰਦੇ ਕਰਦਾ ਫਿਰ ਇਹਨਾਂ ਦਾ ਵੀ ਮਨ ਬਣਿਆ ਵੀ ਜ਼ਰੂਰ ਜਾ ਕੇ ਦਰਸ਼ਨ ਕਰਨੇ ਚਾਹੀਦੇ ਨੇ। ਸੋ ਇਸੇ ਬਾਬਤ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਕਹਿੰਦੇ ਨੇ ਲਗਭਗ 125 ਸਾਥੀ ਇਹਨਾਂ ਦੇ ਗਏ ਨੇ ਨਾਲ ਅਤੇ ਜਾ ਕੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ। ਅਤੇ ਜਦੋਂ ਦਰਸ਼ਨ ਕੀਤਾ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਵੇਖ ਕੇ ਫਿਰ ਬੜੇ ਗਦਗਦ ਹੋਏ ਨੇ, ਬੜੇ ਪ੍ਰਸੰਨ ਹੋਏ ਨੇ ਅਤੇ ਆਖਿਆ ਬਈ ਆਓ ਠਾਕਰ ਜੀ ਤੁਹਾਡਾ ਇੰਤਜ਼ਾਰ ਕਰਨ ਡੇ ਸਨ। ਉਹ ਜਿਹੜੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਾਲੀ ਗੁਰਤਾ ਵਾਲੀ ਅਮਾਨਤ ਇਹਨਾਂ ਕੋਲ ਪਈ ਸੀ ਉਹ ਫਿਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਉੱਥੇ ਇਹਨਾਂ ਨੇ ਸੌਂਪੀ ਹੈ, ਨਾਲ ਨਾਮ ਬਾਣੀ ਦਾ ਭੰਡਾਰਾ ਦਿੱਤਾ ਹੈ ਬਈ ਜਿਸ ਤਰ੍ਹਾਂ ਤੁਹਾਨੂੰ ਗੱਪਾ ਇਹ ਮਿਲਿਆ ਉਸੇ ਤਰ੍ਹਾਂ ਜਾ ਕੇ ਤੁਸੀਂ ਵਰਤਾਉਣਾ, ਸਾਡੇ ਕੋਲੋਂ ਨਹੀਂ ਹੋਣੀ ਅਮਾਨਤ ਸਾਂਭੀ ਜਾਂਦੀ, ਤੁਸੀਂ ਹੀ ਸਾਂਭਣੀ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਫਿਰ ਉਹ ਗੁਰਦਾ ਵਾਲੀ ਅਮਾਨਤ ਲੈ ਕੇ ਪਲਟਨ 'ਚ ਆਏ ਨੇ। 3-4 ਸਾਲ ਫਿਰ ਉਸ ਤੋਂ ਬਾਅਦ ਇਹ ਪਲਟਨ 'ਚ ਰਹੇ ਨੇ ਅਤੇ ਲਗਭਗ 1845 ਫਿਰ ਇਹਨਾਂ ਨੇ ਉਹ ਮੁਦਕੀ 'ਤੇ ਲੜਾਈ 'ਤੇ ਜਾਣਾ ਸੀ। ਹੁਣ ਪਲਟਨ ਵਾਲਿਆਂ ਨੇ ਆਖਿਆ ਵੀ ਹੁਣ ਅਰਦਾਸ ਕਰ ਮਸਤਾਨਿਆਂ ਵੀ ਜਿੱਤ ਕੇ ਆਈਏ, ਹਰ ਸਤਿਗੁਰਾਂ ਐਸੀ ਦੂਰਦਰਸ਼ਤਾ ਉੱਥੇ ਵਿਖਾਈ, ਕਹਿੰਦੇ ਨੇ ਵੀ ਇਹ ਹੁਣ ਮਲੇਸ਼ ਖਾਲਸਾ ਬਣ ਗਿਆ ਇਹ ਜਿੱਤ ਨਹੀਂ ਸਕਦਾ ਅਤੇ ਅਰਦਾਸ ਨਹੀਂ ਕੀਤੀ ਉੱਥੇ। ਆਖਦੇ ਨੇ ਵੀ ਇਹ ਕਮਲਾ ਰਮਲਾ ਮਸਤਾਨਾ ਹੋਇਆ ਇਹਨੂੰ ਕੀ ਪਤਾ, ਛੱਡੋ ਉਹ ਆਪੇ ਹੀ ਚਲੇ ਗਏ ਸਾਰੇ ਜਰਨੈਲ ਜਿੰਨੇ ਖੋਜ ਲੈ ਗਏ। ਜਗ ਹਿੰਦ ਪੰਜਾਬ ਦਾ ਹੋਣ ਲੱਗਾ ਉਹਦੇ ਸਮੇਂ ਬਿਮਾਰੀਆਂ ਨੇ ਸਾਨੂੰ ਹੁੰਦਾ
ਕੀਤਾ ਸੀ ਨਾ ਉਹ ਫਿਰ ਪੂਰਾ ਹੋਇਆ ਉੱਥੇ। ਉਹ ਹਾਰ ਗਈਆਂ ਫੌਜਾਂ, ਸਤਿਗੁਰ ਰਾਮ ਸਿੰਘ ਸੱਚੇ ਪਾਤਸ਼ਾਹ ਉਹ ਪਹਿਲਾਂ ਹੀ ਆਪਣੀਆਂ ਬੰਦੂਕਾਂ ਸਤਲੁਜ ਵਿੱਚ ਸੁੱਟੀਆਂ ਨੇ ਆਣ ਕੇ, ਆਖੇ ਅਸੀਂ ਅੱਜ ਸੁੱਟਣ ਡੇ ਹਾਂ, ਤੁਸੀਂ ਕੱਲ੍ਹ ਸੁੱਟੋਗੇ, ਬਚਨ ਪੂਰਾ ਹੋਇਆ ਉਸ ਆਣ ਕੇ। ਫਿਰ ਉਹਨਾਂ ਨੇ ਭੈਣੀ ਸਾਹਿਬ ਦੇ ਵਿੱਚ 20 ਸਾਲ ਕਹਿੰਦੇ ਨੇ ਅਕਾਲ ਪੁਰਖ ਚ ਬਹਿ ਕੇ ਫਿਰ ਤਪ ਕੀਤਾ। ਜਦੋਂ ਤਪ ਕੀਤਾ ਕਹਿੰਦੇ ਨੇ ਗਿਆਨੀ ਗਿਆਨ ਸਿੰਘ ਉਹਨਾਂ ਦੇ ਸਮਕਾਲੀਨ ਜਿਹੜੇ ਹੋਏ ਨੇ ਇਤਿਹਾਸਕਾਰ, ਜਿਹਨਾਂ ਨੇ ਉਹਨਾਂ ਦਾ ਦਰਸ਼ਨ ਵੀ ਕੀਤਾ ਸੀ, ਉਹਨਾਂ ਤੋਂ ਭਜਨ ਵੀ ਲਿਆ ਸਤਿਗੁਰ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਤੋਂ, ਤੇ ਨਾਲ ਨਾਲ ਇਤਿਹਾਸ ਵੀ ਇਹਨਾਂ ਨੇ ਲਿਖਿਆ। ਅਕਸਰ ਜਿਹੜਾ ਗੁਰੂ ਪੀਰਾਂ ਦਾ ਇਤਿਹਾਸ ਜਿਹੜਾ ਲਿਖਿਆ ਗਿਆ ਉਹ ਬਾਅਦ ਵਿੱਚੋਂ ਲਿਖਿਆ ਗਿਆ, ਪਰ ਸਤਿਗੁਰ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਉਹਨਾਂ ਸਮਿਆਂ ਦੇ ਨਾਲ ਹੀ ਲਿਖਿਆ ਜਾਂਦਾ ਸੀ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਕਹਿੰਦੇ ਨੇ 20 ਬਰਸ ਜਬ ਸਰਸ ਬਤਾਏ ਬੰਦਗੀ ਜੋ ਜਪ ਜਾਪ ਤੀਨੋ ਹਰ ਲਾਏ ਉੱਥੇ ਤਪ ਕੀਤਾ ਤੇ ਫਿਰ ਭਾਈ ਜੋ ਆਕਾਸ਼ਵਾਣੀ ਖਾਸ ਜੋ ਮਹਾਨੀ ਤਾਏ ਦਿਓ ਨਾਮ ਜੀਵਨ ਕੋ ਸੀਖ ਭੋਗਦਾਏ। ਉਹ ਇਲਾਹੀ ਫਿਰ ਹੁਕਮ ਆਇਆ ਇਹਨਾਂ ਨੂੰ ਬਈ ਹੁਣ ਇੱਥੇ ਬਹਿ ਕੇ ਨਹੀਂ ਤਪ ਕਰਦੇ ਰਹਿਣਾ, ਜਾ ਕੇ ਸੰਸਾਰ ਨੂੰ ਵੀ ਹੁੰਦਾ ਰਹੋ। ਨਾਮ ਦੇ ਛੱਟੇ ਨਾਲ ਸਾਰਿਆਂ ਨੂੰ ਜੋੜਿਆ, ਬਾਣੀ ਦੇ ਛੱਟੇ ਨਾਲ ਸਾਰਿਆਂ ਨੂੰ ਜੋੜਿਆ, ਬੋਕੇ ਛੜਵਾ ਤੇ ਰਖਾਏ ਕੇ ਸੋਨੇ ਤੇ ਸਾਰਿਆਂ ਨੂੰ ਭਜਨ ਦੇ ਨਾਲ ਜੋੜ ਕੇ ਤੇ ਫਿਰ ਸਿੱਖ ਬਣਾਤਾ ਉਹਨਾਂ ਨੂੰ। ਕਹਿੰਦੇ ਨੇ 10 ਸਾਲਾਂ ਦੇ ਵਿੱਚ 7 ਲੱਖ ਜਿਹੜਾ ਨਾਮਧਾਰੀ ਸਜਾਤਾ ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਤਿ ਸ਼੍ਰੀ ਅਕਾਲ।
ਕੀਤਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਾਣ ਤੋਂ ਪਹਿਲਾਂ ਮੁਰਝਾ ਗਿਆ ਸੀ, ਜਾਣ ਤੋਂ ਬਾਅਦ ਮੁਰਝਾ ਗਿਆ ਸੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਣ ਕੇ ਫਿਰ ਉਹ ਹਰਾ ਭਰਾ ਕੀਤਾ, ਨਾਮ ਦੇ ਬਾਣੀ ਨਾਲ ਜੋੜਿਆ ਫਿਰ ਸਿੱਖਾਂ ਨੂੰ। ਫਿਰ ਜਗ੍ਹਾ ਜਗ੍ਹਾ ਇਹਨਾਂ ਨੇ ਦੌਰੇ ਫਿਰ ਆਰੰਭ ਕਰਨੇ ਸ਼ੁਰੂ ਕੀਤੇ ਨੇ। ਜਾ ਜਾ ਕੇ ਫਿਰ ਹਲੋਣਿਆ, ਪਿੰਡਾਂ ਪਿੰਡਾਂ ਵਿੱਚ ਜਾ ਕੇ ਸਾਰਿਆਂ ਨੂੰ ਜਗਾਇਆ। ਸੋਚ ਸੋਚ ਮਰਿਆਦਾ ਦੀ ਗਦਾ ਲੈ ਕੇ ਸੋਧਣ ਜਗ ਨੂੰ ਵੇਖੋ ਤਰਖਾਣ ਤੁਰਿਆ। ਮੁਰਦਾ ਹੋਏ ਸਿੱਖੀ ਸਿੱਖ ਪੰਥ ਵਿੱਚੋਂ, ਜਾਨੀ ਜਾਨ ਉਸ ਵਿੱਚ ਪਾਉਣ ਜਾਣ ਤੁਰਿਆ। ਨਾਮ ਦਾਨ ਇਸ਼ਨਾਨ ਦੀ ਆਸ ਲੈ ਕੇ ਸੋਧਾ ਸੱਚ ਦਾ ਕਰਨ ਬਲਵਾਨ ਤੁਰਿਆ, ਤੇ ਭੁੱਲੇ ਭਟਕੇ ਚੋਰਾਂ ਕੁਤਜਿਆਂ ਨੂੰ ਰਾਹੇ ਰੱਬ ਦੇ ਪਾਉਣ ਭਗਵਾਨ ਤੁਰਿਆ। ਵੇਖੋ ਫਿਰ ਉਸ ਤਰਖਾਣ ਨੇ ਫਿਰ ਉਸ ਸਮੇਂ ਦੇ ਵਿੱਚ ਕਿੰਨੀ ਨਾਮਧਾਰੀ ਲਹਿਰ ਫਿਰ ਜਗਾਈ ਹੈ। ਇਸ ਤਰ੍ਹਾਂ ਕਹਿੰਦੇ ਨੇ ਗੋਲੇ ਦਾਗੇ ਗਿਆਨ ਦੇ ਥੋਤਰੀ ਚੋਂ, ਤੇ ਕੰਧ ਕੁਫਰ ਕੁਰੈਤ ਦੀ ਢਾ ਦਿੱਤੀ, ਨਾਮ ਬਾਣੀ ਦਾ ਡੰਕਾ ਵਜਾ ਦਿੱਤਾ, ਤੇ ਫਿਰ ਸੋਈ ਹੋਈ ਸਿੱਖੀ ਜਗਾ ਦਿੱਤੀ। ਜਗ੍ਹਾ ਜਗ੍ਹਾ ਜਾ ਕੇ ਫਿਰ ਸਤਿਗੁਰਾਂ ਨੇ ਫਿਰ ਦੌਰੇ ਕਰਕੇ ਤੇ ਫਿਰ ਨਾਮਧਾਰੀ ਪੰਥ ਫਿਰ ਸੰਤ ਖਾਲਸਾ ਬਣਾ ਕੇ ਰੱਖ ਦਿੱਤਾ। ਕਹਿੰਦੇ ਨੇ ਉਹਨੂੰ ਫੇਰ ਬਣਾਏ ਨਾਮਦੇਵ ਸਦਨੇ ਦੇ ਤਨੇ, ਉਹਨੇ ਕਾਫਰ ਫੁੱਲਰ ਮੁਨਕਰਾਂ ਦੇ ਹੈਂਕੜ ਪੱਲੇ ਤੇ ਚੰਨੀ ਲਾਵੇ ਠੱਗ ਚੋਰ ਮੰਨੇ ਫੇਰ ਮਰੇ, ਉਹਨੇ ਨਿੰਦਕ ਦੁਸ਼ਟ ਹਰਾਮ ਖੋਰ ਸਾਗਰ ਨਿਸਤਾਰੇ ਜੀਵਨ ਜਿਹੜਾ ਪੱਟ ਕੇ ਰੱਖ ਦਿੱਤਾ ਸਤਿਗੁਰ ਰਾਮ ਸਿੰਘ ਸੱਚੇ ਪਾਤਸ਼ਾਹ। ਨਾਮ ਦਾ ਗੱਫਾ ਲੈ ਕੇ ਆਏ ਸਨ, ਜਿਸ ਤਰ੍ਹਾਂ ਗੱਫਾ ਲੈ ਕੇ ਆਏ ਉਸੇ ਤਰ੍ਹਾਂ ਫਿਰ ਬਤਾਇਆ। ਤਾਰ ਕੇ ਮੂਰਤ ਹੈ ਜਗਿਆਓ ਸਤਿ
ਮੋਰਾ ਉਤਰ ਲਿਆ ਰਾਤ ਨੂੰ ਪਾਣੀ।